ਦੋਸਤੋ, ਤੁਹਾਨੂੰ ਸਭ ਨੂੰ ਅੱਛੀ ਤਰ੍ਹਾਂ ਪਤਾ ਕਿ ਅਰਵਿੰਦ ਕੇਜਰੀਵਾਲ ਔਰ ਤਮਾਮ ਆਮ ਆਦਮੀ ਪਾਰਟੀ ਦੇ ਲੀਡਰ ਜਿਹੜੇ ਨੇ ਉਹ ਈਡੀ ਅਤੇ ਸੀਬੀਆਈ ਨੂੰ ਬਹੁਤ ਭੰਡਦੇ ਨੇ, ਰੋਜ਼ ਗਾਲਾਂ ਕੱਢਦੇ ਨੇ ਕਿ ਸਾਡੇ ਨਾਲ ਬੜੀ ਬਦਲਾਖੋਰੀ ਹੋਈ ਆ ਔਰ ਇਹਨਾਂ ਸਾਰਿਆਂ ਨੂੰ ਵੀ ਜੇਲ੍ਹ ਵਿੱਚ ਉਹਦਾ ਖਮਿਆਜ਼ਾ ਭੁਗਤਣਾ ਪਿਆ ਅਤੇ ਅਰਵਿੰਦ ਕੇਜਰੀਵਾਲ ਹੁਣੇ ਰਿਹਾਅ ਹੋ ਕੇ 6 ਮਹੀਨੇ ਤੋਂ ਬਾਅਦ ਆਏ ਨੇ। ਲੇਕਿਨ ਜਦ ਇਹਨਾਂ ਨੂੰ ਈਡੀ ਦਾ ਉਪਯੋਗ ਕਰਨਾ ਪਵੇ ਆਪਣੇ ਸਿਆਸੀ ਵਿਰੋਧੀਆਂ ਦੇ ਖਿਲਾਫ, ਫਿਰ ਉਹਦੇ 'ਤੇ ਪੂਰਾ ਭਰੋਸਾ ਕਰਦੇ ਨੇ, ਅਦਾਲਤਾਂ ਵਿੱਚ ਜਾਂਦੇ ਨੇ। ਪਿਛਲੇ ਦਿਨਾਂ ਵਿੱਚ ਤੁਸੀਂ ਸੁਣਿਆ ਕਿ ਬਿਕਰਮ ਮਜੀਠੀਆ ਨੇ ਕਿਹਾ ਕਿ ਜਿਹੜਾ ਉਹਦਾ NDPS ਦਾ ਕੇਸ ਪੰਜਾਬ ਪੁਲਿਸ ਨੇ ਦਰਜ ਕੀਤਾ ਸੀਗਾ, ਉਹਦਾ ਸਾਰਾ ਵੇਰਵਾ ਜਿਹੜਾ ਸੀਗਾ ਕੱਚਾ ਚਿੱਠਾ ਬਣਾ ਕੇ ਇਹਨਾਂ ਨੇ ED ਨੂੰ ਦਿੱਤਾ ਤਾਂ ਕਿ ED ਵੀ ਉਹਦੇ 'ਤੇ ਕਾਰਵਾਈ ਕਰ ਸਕੇ। ਇਹਦਾ ਮਤਲਬ ਕਿ ED 'ਤੇ ਪੂਰਾ ਭਰੋਸਾ ਆਮ ਆਦਮੀ ਪਾਰਟੀ ਦੀ ਸਾਰੀ ਸਰਕਾਰ ਨੂੰ ਔਰ ਦਿੱਲੀ ਵਾਲਿਆਂ ਨੂੰ ਅਤੇ ਭਗਵੰਤ ਮਾਨ ਦੀ ਸਰਕਾਰ ਨੂੰ। ਤਾਂ ਉਹਨਾਂ ਨੂੰ ਬਿਕਰਮ ਮਜੀਠੀਆ ਦਾ ਸਾਰਾ ਜਿਹੜਾ ਸੀਗਾ ਡਿਟੇਲਸ ਭੇਜੀਆਂ ਔਰ ਬਿਲਕੁਲ ਇਨ ਬਿਨ ਮੇਰੇ ਕੇਸ ਵਿੱਚ ਆ ਮੇਰੇ ਕੋਲ ਚਲਾਨ ਦੇ ਨਾ ਸਿਰਫ ਰੈਲੇਵੈਂਟ ਡਾਕੂਮੈਂਟਸ ਮੈਂ ਦਿਖਾ ਰਿਹਾ ਕਿਉਂਕਿ ਬਹੁਤ ਵੱਡਾ ਚਲਾਨ ਆ, ਪਤਾ ਨਹੀਂ ਕਿੰਨੇ ਸ਼ਾਇਦ 4-5 ਹਜ਼ਾਰ ਪੇਜ ਦਾ ਚਲਾਨ ਹੈ। ਲੇਕਿਨ ਇਸ ਰੈਲੇਵੈਂਟ ਡਾਕੂਮੈਂਟਸ ਵਿੱਚ ਕੀ ਆਉਂਦਾ ਵਾ ਕਿ ਜਿਹੜਾ ਮੇਰੇ ਖਿਲਾਫ ED ਨੇ ਚਲਾਨ ਪੇਸ਼ ਕੀਤਾ ਸੀਗਾ ਮੋਹਾਲੀ ਦੀ ਅਦਾਲਤ ਵਿੱਚ, ਉਹਦੇ ਵਿੱਚ ਇੱਕ ਇਹਨਾਂ ਦਾ ਜਿਹੜਾ ਮੇਰੇ ਖਿਲਾਫ SIT ਦਾ ਮੈਂਬਰ ਸੀਗਾ ਉਸ ਵਕਤ ਸੁਪਰਡੈਂਟ ਪੁਲਿਸ SP ਸੀਗਾ ਹੁਸ਼ਿਆਰਪੁਰ, ਉਸ ਨੇ ED ਦੀ ਅਦਾਲਤ ਮੋਹਾਲੀ ਜਿੱਥੇ ਮੇਰੀ ED ਦੀ ਟ੍ਰਾਇਲ ਚੱਲ ਰਹੀ ਆ ਉਸ ਜੱਜ ਕੋ ਐਪਲੀਕੇਸ਼ਨ ਦੇ ਕੇ ਮੇਰੇ ਖਿਲਾਫ ਜਿਹੜਾ ED ਦਾ ਟੋਟਲ ਚਲਾਨ ਸੀਗਾ ਉਹਦੀ ਸਰਟੀਫਾਈਡ ਕਾਪੀ ਲਈ। ਆ ਸਾਰੀਆਂ ਡਿਟੇਲਸ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਉਸ ਜੱਜ ਨੂੰ ਉਹਦਾ ਅਦਾਲਤ ਦਾ ਨਾਮ ਲਿਖਿਆ, ਉਹ ਸਾਰਾ ਕੁਝ ਅਪਰੋਚ ਕਰਕੇ ਉਸਨੇ ਇਹ ਪੂਰਾ ਚਲਾਨ ਦੀ ਕਾਪੀ ਲੈ ਕੇ ਲਗਭਗ ਉਸੇ ਚਲਾਨ ਨੂੰ ਥੋੜ੍ਹਾ ਬਹੁਤਾ ਤੁੱਥ ਮੁੱਥ ਕਰਕੇ ਅਤੇ ਮੇਰੇ ਖਿਲਾਫ ਫਾਜ਼ਿਲਕਾ ਦੀ ਅਦਾਲਤ ਵਿੱਚ ਜਿੱਥੇ ਭਗਵੰਤ ਮਾਨ ਨੇ ਮੈਨੂੰ ਗ੍ਰਿਫਤਾਰ ਕਰਕੇ ਬਾਅਦ 'ਚ ਉੱਥੇ ਚਲਾਨ ਪੇਸ਼ ਕੀਤਾ, ਉਹਦੇ ਵਿੱਚ ED ਦਾ ਚਲਾਨ ਦਿੱਤਾ। 90% ED ਦੇ ਸਾਰੇ ਫੈਕਟਸ ਦੇ ਉੱਤੇ ਭਗਵੰਤ ਮਾਨ ਦੀ ਸਰਕਾਰ ਅਤੇ ਪੁਲਿਸ ਨੇ ਰਿਲਾਈ ਕੀਤਾ। ਇੱਥੇ ਬਸ ਨਹੀਂ, ਆ ਅਗਰ ਤੁਸੀਂ ਥੋੜ੍ਹਾ ਥੱਲੜਾ ਪੈਰਾ ਦੇਖੋਗੇ ਤੁਹਾਨੂੰ ਮੈਂ ਸਮਝਾ ਦਿੰਦਾ ਇਸ ਪੈਰੇ ਵਿੱਚ ਕੀ ਆ ਰਿਹਾ ਕਿ ਜਿਹੜਾ ਮੇਰੇ ਖਿਲਾਫ IO ਸੀਗਾ, ਮੈਂ ਉਸਦਾ ਨਾਮ ਨਹੀਂ ਲੈਣਾ ਚਾਹੁੰਦਾ, ED ਦਾ ਜਿਹੜਾ ਇਨਵੈਸਟੀਗੇਟਿੰਗ ਆਫਿਸਰ ਸੀ ਮੇਰੇ ਕੇਸ ਵਿੱਚ, ਉਸ ਵਿਅਕਤੀ ਨੂੰ ਅਪਰੋਚ ਕੀਤਾ ਪੰਜਾਬ ਪੁਲਿਸ ਨੇ, SIT ਦੇ ਮੈਂਬਰ ਨੇ, ਔਰ ਉਹਦੇ ਜਿਹੜੇ ਬਿਆਨ ਸੀਗੇ ਉਹ ਸੈਕਸ਼ਨ ਹੈਗਾ 161 CRPC ਦਾ, ਮਤਲਬ ਉਹਦੇ ਬਿਆਨ ਦਰਜ ਕੀਤੇ ਜਾ ਕੇ ਉਹਦੇ ਆਫਿਸ ਵਿੱਚ ਦਿੱਲੀ, ਔਰ ਉਹਦੇ ਬਿਆਨਾਂ ਨੂੰ ਮੇਰੇ ਚਲਾਨ ਦਾ ਹਿੱਸਾ ਬਣਾ ਕੇ ਮੇਰੇ ਖਿਲਾਫ ਫਾਜ਼ਿਲਕਾ ਦੇ ਵਿੱਚ ਪੇਸ਼ ਕੀਤਾ ਗਿਆ। ਤਾਂ ਹੁਣ ਮੈਂ ਕੇਜਰੀਵਾਲ ਸਾਹਿਬ ਤੁਹਾਨੂੰ, ਭਗਵੰਤ ਮਾਨ ਔਰ ਜਿੰਨੇ ਉੱਥੇ ਗ੍ਰਿਫਤਾਰ ਹੋਏ ਸਿਸੋਡੀਆ ਸਾਹਿਬ, ਤੁਹਾਨੂੰ ਪੁੱਛਣਾ ਚਾਹੁੰਦਾ ਕਿ ਇਹ ਦੋਗਲੀ ਨੀਤੀ ਨਹੀਂ ਗੀ? ਦਿੱਲੀ ਵਿੱਚ ਤੁਸੀਂ ED ਨੂੰ ਗਾਲਾਂ ਕੱਢਦੇ ਹੋ, ਭੰਡਦੇ ਹੋ ਕਿ ਬੜੀ ਬਦਲਾਖੋਰੀ ਕਰ ਰਹੀ ਆ, ਲੇਕਿਨ ਉਸੇ ED ਨੂੰ ਦਾ ਇਸਤੇਮਾਲ ਕਰਕੇ ਆਪਣੇ ਸਿਆਸੀ ਵਿਰੋਧੀਆਂ ਜਿਹਨਾਂ ਦੇ ਖਿਲਾਫ ਤੁਸੀਂ ਦੱਬ ਕੇ ਝੂਠੇ ਮਨ ਘੜਤ ਮੇਰੇ ਖਿਲਾਫ 5 ਮੁਕੱਦਮੇ ਦਰਜ ਕੀਤੇ ਔਰ 5ਵਾਂ ਮੁਕੱਦਮਾ ਤਾਂ ਉਦਣ ਹਾਸੋਹੀਣਾ ਦਰਜ ਕੀਤਾ ਜਿੱਦਣ 4 ਜਨਵਰੀ 2024 ਨੂੰ ਮੇਰੀ NDPS ਕੇਸ ਵਿੱਚ ਹਾਈਕੋਰਟ ਬੇਲ ਦੇ ਰਿਹਾ ਸੀਗਾ, ਤੜਕੇ 2 ਵਜੇ ਸੁਭਾਨਪੁਰ ਦਾ ਥਾਣਾ ਖੁਲਾ ਕੇ ਕਿ ਮੈਂ ਜੇਲ੍ਹ 'ਚ ਬੈਠਾ ਗਵਾਹਾਂ ਨੂੰ ਫਲਾਨਿਆਂ ਨੂੰ ਧਮਕਾ ਰਿਹਾ ਸੀਗਾ ਔਰ ਜਿਹੜੇ ਬਿਆਨ ਲਏ ਨੇ ਮੇਰੇ ਖਿਲਾਫ ਜੋ ਵੀ ਰਿਕਵਰੀ ਸ਼ੋਅ ਕੀਤੀ ਉਹ ਇੱਕ ਹਾਰਡਨਡ ਕ੍ਰਿਮੀਨਲ ਜਿਹਦੇ 'ਤੇ ਲਗਭਗ 2 ਦਰਜਨ ਪਰਚੇ, ਮਜੋਰਿਟੀ ਉਹਦੇ 'ਚ ਪਰਚੇ NDPS ਦੇ, ਉਹਨੂੰ ਮੇਰੇ ਖਿਲਾਫ ਇਸਤੇਮਾਲ ਕੀਤਾ ਔਰ 5ਵਾਂ ਕੇਸ ਉਸੇ ਦੇ ਪਰਿਵਾਰ ਕੋਲੋਂ ਮੇਰੇ ਖਿਲਾਫ ਪਵਾ ਕੇ ਕਿ ਸਾਨੂੰ ਧਮਕਾਉਂਦਾ, ਜੇਲ੍ਹ 'ਚ ਬੈਠਾ ਜਿਹਦੇ 'ਚ ਮੇਰੇ ਕੋਈ ਐਕਸੈਸ ਨਹੀਂ ਸੀਗੀ। ਸੋ ਕੁੱਲ ਮਿਲਾ ਕੇ 5 ਕੇਸ ਦਰਜ ਕੀਤੇ। ਚਲੋ ਇਹ ਤਾਂ ਅਸੀਂ ਲੜ ਰਹੇ ਹਾਂ ਔਰ ਭੁਗਤ ਰਹੇ ਹਾਂ, ਲੇਕਿਨ ਅੱਜ ਦਾ ਮੇਰਾ ਵਿਸ਼ਾ ਸਿਰਫ ਸਿੰਪਲ ਸੀਗਾ ਕਿ ਕਿਸੇ ਨੂੰ ਤਾਂ ਜਵਾਬ ਦੇਣਾ ਚਾਹੀਦਾ। ਕੇਜਰੀਵਾਲ ਸਾਹਿਬ ਹੁਣ ਦਿੱਲੀ ਵਿੱਚ ਬਹੁਤ ਜ਼ਿਆਦਾ ਇਹ ਕਹਿ ਰਹੇ ਨੇ ਕਿ ED ਔਰ CBI ਜਿਹੜਾ ਉਹਦਾ BJP ਅਤੇ ਮੋਦੀ ਦੀ ਸਰਕਾਰ ਦੁਰਉਪਯੋਗ ਕਰਦੀ, ਔਰ ਮੈਂ ਮੰਨਦਾ ਕਿ ਦੁਰਉਪਯੋਗ ਕਰਦੀ ਆ ਔਰ ਹੋ ਸਕਦਾ ਵਾ ਕਿ ਕੇਜਰੀਵਾਲ ਦੀ ਜਿਹੜੇ ਸ਼ਰਾਬ ਘੁਟਾਲਾ ਵਾ ਉਹਦੇ ਵਿੱਚ ਇਹਨੂੰ ਉਹਨਾਂ ਨੇ ਗ੍ਰਿਫਤਾਰ ਕਰਕੇ ਅਤੇ 6 ਮਹੀਨੇ ਜਿਹੜਾ ਜੇਲ੍ਹ ਰੱਖਿਆ, ਉਹਦੇ 'ਚ ਇਹਨਾਂ ਦੇ ਗੱਲਾਂ ਵਿੱਚ ਕੁਝ ਦਮ ਹੋ ਸਕਦਾ। ਹਾਲਾਂਕਿ ਅਦਾਲਤਾਂ 'ਚ
ਸਿਸੋਡੀਆ ਔਰ ਇਹਨਾਂ ਦੇ ਜਿਹੜੇ ਲੀਡਰ ਸੀਗੇ, ਸਾਲ ਸਾਲ ਡੇਢ ਡੇਢ ਸਾਲ ਇਹਨਾਂ ਦੀਆਂ ਜ਼ਮਾਨਤਾਂ ਹੋਈਆਂ ਸੁਪਰੀਮ ਕੋਰਟ ਤੋਂ, ਜਦਕਿ ਸਾਡੀ ਬੇਲ 4 ਮਹੀਨੇ ਵਿੱਚ ਥੱਲੇ ਹਾਈ ਕੋਰਟ ਨੇ ਕਰ ਦਿੱਤੀ ਸੀਗੀ। ਲੇਕਿਨ ਅਗਰ ਤੁਸੀਂ ਮੋਦੀ ਨੂੰ ਕਹਿੰਦੇ ਹੋ ਕਿ ED ਅਤੇ CBI ਦੁਰਉਪਯੋਗ ਕਰਦੇ ਹੋ, ਅਤੇ ਇੱਥੇ ਤੁਸੀਂ ਪੰਜਾਬ ਦੀ ਪੁਲਿਸ ਅਤੇ ਆਪਣੇ ਡਿਪਾਰਟਮੈਂਟ ਦਾ ਦੁਰਉਪਯੋਗ ਕੀ ਨਹੀਂ ਕਰਦੇ, ਇਹਦਾ ਅੱਜ ਤੱਕ ਕਿਸੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਜਵਾਬ ਨਹੀਂ ਦਿੱਤਾ। ਔਰ ਉੱਥੇ ਕੇਜਰੀਵਾਲ ਸਾਹਿਬ ਨੂੰ ਮੈਂ ਕਹਿਣਾ ਚਾਹੁੰਦਾ, ਤੁਸੀਂ ਤਾਂ ਹੁਣ ਤਾਜ਼ੀ ਜੇਲ੍ਹ ਕੱਟ ਕੇ ਆਏ ਹੋ, ਤੁਸੀਂ ਅੰਦਰ ਤੁਹਾਨੂੰ ਅਹਿਸਾਸ ਹੋਇਆ ਹੋਵੇਗਾ ਕਿ ਕਿਸੇ ਵੀ ਏਜੰਸੀ ਦਾ ਆਪਣੇ ਸਿਆਸੀ ਵਿਰੋਧੀਆਂ ਦੇ ਖਿਲਾਫ਼ ਮਿਸਯੂਜ਼ ਨਹੀਂ ਕਰਨਾ ਚਾਹੀਦਾ, ਕਿਉਂਕਿ ਉਸ ਵਾਹਿਗੁਰੂ ਪਰਮਾਤਮਾ ਦੀ ਅਦਾਲਤ ਵਿੱਚ ਜਵਾਬ ਦੇਣਾ ਪੈਂਦਾ। ਔਰ ਜਿਹੜਾ ਕਰਮਾਂ ਦੀ ਥਿਊਰੀ ਤੁਸੀਂ ਆਪ ਵਿਸ਼ਵਾਸ ਰੱਖਦੇ ਹੋ ਸਾਰੇ, ਮੇਰਾ ਖਿਆਲ ਕਿ ਜਿੱਦਾਂ ਦੇ ਕਰਮ ਕਰੋਗੇ ਉੱਦਾਂ ਦੇ ਭੁਗਤੋਗੇ। ਤੁਸੀਂ ਜੋ ਕੁਛ ਪੰਜਾਬ ਦੇ ਵਿੱਚ ਆਪਣੇ ਵਿਰੋਧੀਆਂ ਦੇ ਖਿਲਾਫ਼ ਗਲਤ ਕੀਤਾ, ਤੁਸੀਂ ਤਾਜ਼ਾ ਭੁਗਤ ਕੇ ਆਏ ਹੋ, ਅਤੇ ਜੇ ਹਲੇ ਵੀ ਤੁਸੀਂ ਸਬਕ ਨਹੀਂ ਸਿੱਖੋਗੇ ਤਾਂ ਫਿਰ ਅੱਗੇ ਗਾਂਹ ਵੀ ਤੁਸੀਂ ਉਸ ਅਦਾਲਤ ਵਿੱਚ ਭੁਗਤੋਗੇ। ਇਹ ਤਾਂ ਇਕੱਲਾ ਤੁਸੀਂ ਨਹੀਂ ਭੁਗਤੋਗੇ, ਕਈ ਵਾਰ ਅਗਲੀ ਪੀੜ੍ਹੀ ਤੱਕ ਭੁਗਤਣਾ ਪੈਂਦਾ ਕੀਤੇ ਹੋਏ ਗਲਤ ਕਾਰਜਾਂ। ਪਰ ਅੱਜ ਦਾ ਮੇਰਾ ਕੇਵਲ ਅਤੇ ਕੇਵਲ ਮਕਸਦ ਸੀਗਾ ਕਿ ਇਹ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਲੀਡਰਸ਼ਿਪ ਅਤੇ ਭਗਵੰਤ ਮਾਨ ਦੀ ਸਰਕਾਰ ਨੂੰ ਦੱਸਣਾ ਚਾਹੁੰਦਾ ਕਿ ਕੀ ਤੁਸੀਂ ਆਪਣੇ ਫਾਇਦੇ ਵਾਸਤੇ ਆਪਣੇ ਸਿਆਸੀ ਵਿਰੋਧੀਆਂ ਦੇ ਖਿਲਾਫ਼ ED 'ਤੇ ਭਰੋਸਾ ਨਹੀਂ ਕਰਦੇ। ਇਸ ਗੱਲ ਦਾ ਜਵਾਬ ਜਿਹੜੀ ਪੰਜਾਬ ਦੀ ਜਨਤਾ ਨੂੰ ਮੈਂ ਕਹਿਣਾ ਚਾਹੁੰਦਾ ਕਿ ਇਹ ਤੁਹਾਨੂੰ ਸਾਰੀਆਂ ਗੱਲਾਂ ਇੱਦਾਂ ਦੀਆਂ ਆਪਣੇ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਕਿ ਇਹ ਦੈਟ ਮੀਨਸ ਕਿ ਇਹ ਦੋਗਲੀ ਨੀਤੀ ਡਬਲ ਸਟੈਂਡਰਡਸ ਇਨਵੋਲਵ ਕਰਦੇ ਨੇ, ਔਰ ED 'ਤੇ ਮੇਰੇ ਹਿਸਾਬ ਦੇ ਨਾਲ ਪੂਰਾ ਭਰੋਸਾ ਕਰਦੇ। ਤਾਂਹੀਓ ਮੇਰੇ ਖਿਲਾਫ਼ ਜਾਂ ਆਪਣੇ ਸਿਆਸੀ ਵਿਰੋਧੀਆਂ ਦੇ ਖਿਲਾਫ਼ ਜਿਹੜੇ ED ਦੇ ਮੁਕੱਦਮੇ ਜਿਹੜੇ ਨੇ ਉਹ ਸਾਰੇ ਡਾਕੂਮੈਂਟਸ ਇਹ ਪ੍ਰੋਵਾਈਡ ਕਰਦੇ ਨੇ ਔਰ ਉਹਦੇ 'ਤੇ ਰਿਲਾਏ ਵੀ ਕਰਦੇ। ਬਸ ਅੱਜ ਦਾ ਮੇਰਾ ਮਕਸਦ ਸੀਗਾ ਇਹਨਾਂ ਦਾ ਇਹ ਚਿਹਰਾ ਵੀ ਬੇਨਕਾਬ ਕਰਨਾ।